ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ, ਤਵੀਆਂ, ਟਰੈਕਟਰ, ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ, ਜੀਪ, ਗੱਡੀ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ। ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ। ਥੈਂਕ ਯੂ। ਸੋ ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਆ, ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ। ਸੋ ਉਸਦੇ ਰਿਗਾਰਡਿੰਗ ਦੱਸ ਲੈਂਗੇ ਵੀਰੇ, ਜੋ ਕੋਈ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਉਹ ਸਿਰਫ ਮਾਲਕੀ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ। ਜੋ ਪ੍ਰਾਈਜ਼ ਮੌਕੇ ਤੇ ਘੱਟ ਹੋਵੇਗਾ ਮੌਕੇ ਤੇ ਡਿਸਕਾਊਂਟ ਕਰਨਗੇ ਵੀਰ। ਸੋ ਜੋ ਕੋਈ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ, ਮਾਲਕੀ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ, 5 ਗੱਡੀਆਂ ਨੇ ਵੀਰੇ, 1 ਮੋਟਰਸਾਈਕਲ ਹੈ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ ਜਿਨ ਗੱਡੀ ਹੈ ਡੀਜ਼ਲ ਵਰਜਨ ਦੇ ਵਿੱਚ, ਮਰੂਤੀ ਅਲਟੋ K10 ਹੈ, ਸਵਿਫਟ ਡਿਜ਼ਾਇਰ ਗੱਡੀ ਹੈ, ਹੁੰਡਾਈ i20 ਗੱਡੀ ਹੈ, ਟਾਟਾ ਇੰਡੀਕਾ ਗੱਡੀ ਹੈ। ਇਹ 5 ਗੱਡੀਆਂ ਨੇ ਵੀਰੇ। 1 ਸਟੈਂਡਰਡ ਬੁਲਟ ਮੋਟਰਸਾਈਕਲ ਹੈ ਓਲਡ ਮਾਡਲ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਮਰੂਤੀ ਜਿਨ ਬਾਰੇ। ਮਰੂਤੀ ਜਿਨ ਵੀਰੇ 2004 ਮਾਡਲ ਗੱਡੀ ਹੈ, ਡੀਜ਼ਲ ਵੈਰੀਐਂਟ ਹੈ, ਡੀਜ਼ਲ ਮਾਡਲ ਦੇ ਵਿੱਚ ਗੱਡੀ ਹੈ ਵੀਰੇ। ਬਿਲਕੁਲ ਓਕੇ ਕੰਡੀਸ਼ਨ ਹੈ ਗੱਡੀ ਦੇ। ਜੋ ਟਾਇਰ ਨੇ 60-65 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਸਾਫ਼ ਸੁਥਰੇ ਟਾਇਰ ਨੇ ਵੀਰੇ, ਕੋਈ ਐਕਸੀਡੈਂਟਡ ਵਗੈਰਾ ਨਹੀਂ, ਕੋਈ ਡੈਮੇਜ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਗੱਡੀ ਦਾ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਸਰਵਿਸ ਵਗੈਰਾ ਕਰਵਾਈ ਵੀ ਹੈ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਹਰਿਆਣਾ ਨੰਬਰ ਗੱਡੀ ਹੈ ਵੀਰੇ, ਬਾਕੀ ਪੇਪਰ ਵਗੈਰਾ ਵੀਰ ਕੰਪਲੀਟ ਕਰਵਾ ਕੇ ਦੇਣਗੇ। ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਏਰੀਆ ਵੀਰੇ ਪਾਤੜਾਂ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 68,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ, ਸਵਿਫਟ ਡਿਜ਼ਾਇਰ ਗੱਡੀ ਹੈ ਵੀਰੇ, 2009 ਮਾਡਲ, BDI ਵਰਜਨ ਹੈ ਵੀਰੇ, ਡੀਜ਼ਲ ਵਰਜਨ ਦੇ ਵਿੱਚ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, 83,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰਿਜਨਲ ਚੱਲੀ ਗੱਡੀ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਸਾਰਾ ਓਰਿਜਨਲ ਰੰਗ ਪੇਂਟ ਹੈ, ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ, ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ, ਕੋਈ ਐਕਸੀਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਪਿਆ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਸੀਲਡ ਇੰਜਨ ਗੇਅਰ ਹੈ ਵੀਰੇ, ਸਰਵਿਸ ਵਗੈਰਾ ਸਭ ਡਨ ਹੈ, ਬੈਂਟਰੀ ਨਿਊ ਲੱਗੀ ਹੋਈ ਹੈ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਗੱਡੀ ਦੇ ਜੋ ਟਾਇਰ ਨੇ ਸਾਰੇ ਟਾਇਰ ਬਿਲਕੁਲ ਨਵੇਂ ਨੇ ਵੀਰੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਨਵੇਂ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਵੀਰੇ। ਹਰਿਆਣਾ ਨੰਬਰ ਗੱਡੀ ਹੈ, ਬਾਕੀ NOC ਵਗੈਰਾ ਵੀਰ ਕਢਵਾ ਕੇ ਦੇਣਗੇ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ ਗਿੱਦੜਖੇੜਾ ਪਿੰਡ ਹੈ ਵੀਰਾਂ ਦਾ, ਏਰੀਆ ਡਬਵਾਲੀ, ਜ਼ਿਲ੍ਹਾ ਸਰਸਾ, ਹਰਿਆਣਾ ਦੇ ਵਿੱਚ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 2,25,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਅਲਟੋ ਗੱਡੀ ਦਿਖਾ ਰਹੇ ਹਾਂ, ਮਰੂਤੀ ਅਲਟੋ K10 ਗੱਡੀ ਹੈ ਵੀਰੇ, BXI ਵਰਜਨ ਹੈ, ਟੌਪ ਮਾਡਲ ਗੱਡੀ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ, 2013 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ, ਫਸਟ ਓਨਰ ਹੈ ਵੀਰੇ, ਪਹਿਲੇ ਮਾਲਕ ਕੋਲ ਗੱਡੀ ਹੈ, ਗੱਡੀ ਦੇ ਜੋ ਟਾਇਰ ਨੇ ਚਾਰੋ ਟਾਇਰ ਬਿਲਕੁਲ ਨਵੇਂ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਪੂਰੀ ਏ ਕਲਾਸ ਕੰਡੀਸ਼ਨ ਹੈ, 46,000 ਕਿਲੋਮੀਟਰ ਗੱਡੀ ਚੱਲੀ ਵੀ ਹੈ ਵੀਰੇ, ਓਰਿਜਨਲ ਚੱਲੀ ਗੱਡੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਏਜੰਸੀ ਰਿਕਾਰਡ ਸਰਵਿਸ ਹੈ, ਕੋਈ ਕਮੀ ਪੇਸ਼ੀ ਨਹੀਂ, ਸਰਵਿਸ ਵਗੈਰਾ ਸਭ ਡਨ ਹੈ ਵੀਰੇ, ਬਾਕੀ ਬੰਪਰ ਟੂ ਬੰਪਰ ਸਾਰੀ ਓਰਿਜਨਲ ਗੱਡੀ ਹੈ, ਓਰਿਜਨਲ ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਗੱਡੀ ਦਾ, ਬਿਲਕੁਲ ਓਕੇ ਕੰਡੀਸ਼ਨ ਹੈ,
ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ ਧੂਰੀ ਦੇ ਲਾਗੇ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਸੰਗਰੂਰ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਉਹ ਡਿਮਾਂਡ ਰੱਖੀ ਗਈ ਹੈ, 2,70,000 ਰੁਪਇਆ ਡਿਮਾਂਡ ਹੈ, ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੈਨੂੰ ਸਟੈਂਡਰਡ ਬੁਲਟ ਮੋਟਰਸਾਈਕਲ ਦਿਖਾ ਰਹੇ ਹਾਂ। ਸਟੈਂਡਰਡ ਬੁਲਟ ਵੀਰੇ 2010 ਮਾਡਲ ਮੋਟਰਸਾਈਕਲ ਹੈ, ਓਲਡ ਵਰਜਨ ਦੇ ਵਿੱਚ ਹੈ ਵੀਰੇ, ਪੁੱਠੇ ਸਾਈਡ ਗੇਅਰ ਵਾਲਾ ਮੋਟਰਸਾਈਕਲ ਹੈ, ਬਿਲਕੁਲ ਏ ਕਲਾਸ ਕੰਡੀਸ਼ਨ ਹੈ ਮੋਟਰਸਾਈਕਲ ਦੇ ਜੋ ਟਾਇਰ ਨੇ, ਬੈਕ ਵਾਲਾ ਟਾਇਰ ਬਿਲਕੁਲ ਨਵਾਂ ਹੈ ਵੀਰੇ, ਫਰੰਟ ਵਾਲਾ ਟਾਇਰ 60-70 ਪੈਸੇ ਹੈ, ਬੇਦਾਗ ਸਾਫ਼ ਸੁਥਰੇ, ਵਧੀਆ ਓਰਿਜਿਨਲ ਸਾਫ਼ ਸੁਥਰੇ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਸਿਰਫ 10,000 ਕਿਲੋਮੀਟਰ ਮੋਟਰਸਾਈਕਲ ਚੱਲਿਆ ਹੋਇਆ ਵੀਰੇ, ਓਰਿਜਿਨਲ ਚੱਲਿਆ ਮੋਟਰਸਾਈਕਲ ਹੈ, ਕੋਈ ਕਮੀ ਪੇਸ਼ੀ ਨਹੀਂ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਡਨ ਹੈ, ਬਾਕੀ ਸਾਰੇ ਓਰਿਜਿਨਲ ਪਾਰਟਸ ਨੇ, ਕੋਈ ਕਮੀ ਪੇਸ਼ੀ ਨਹੀਂ ਵੀਰੇ, ਕੋਈ ਪਾਰਟ ਚੇਂਜ ਨਹੀਂ ਹੋਇਆ ਮੋਟਰਸਾਈਕਲ ਦਾ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ, ਸਰਵਿਸ ਵਗੈਰਾ ਸਭ ਡਨ ਹੈ, ਪੂਰੀ ਓਕੇ ਕੰਡੀਸ਼ਨ ਹੈ, ਚੈਨ ਸੈੱਟ ਬਿਲਕੁਲ ਓਕੇ ਹੈ ਵੀਰੇ, ਬੈਟਰੀ ਵਗੈਰਾ, ਬਾਕੀ ਕੋਈ ਸਟਾਰਟਿੰਗ ਪ੍ਰੋਬਲਮ ਨਹੀਂ, ਪਹਿਲੀ ਇੱਕ ਸਟਾਰਟ ਹੈ, ਬਿਲਕੁਲ ਟੌਪ ਕਲਾਸ ਦੀ ਕੰਡੀਸ਼ਨ ਹੈ। ਪੰਜਾਬ ਨੰਬਰ ਮੋਟਰਸਾਈਕਲ ਹੈ ਵੀਰੇ, BVIP ਨੰਬਰ ਹੈ, 0786, ਬਿਲਕੁਲ ਏ ਕਲਾਸ ਕੰਡੀਸ਼ਨ ਹੈ। ਏਰੀਆ ਵੀਰੇ ਪਟਿਆਲਾ ਏਰੀਆ ਵੀਰਾਂ ਦਾ, ਪਟਿਆਲੇ ਦੇ ਲਾਗੇ ਪਿੰਡ ਹੈ, ਉੱਥੇ ਵੀਰਾਂ ਕੋਲ ਮੋਟਰਸਾਈਕਲ ਹੈ, ਮੋਟਰਸਾਈਕਲ ਦੀ ਕੀਮਤ ਰੱਖੀ ਗਈ 1,90,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਤੁਹਾਨੂੰ ਟਾਟਾ ਇੰਡੀਕਾ ਗੱਡੀ ਦਿਖਾ ਰਹੇ ਹਾਂ। ਟਾਟਾ ਇੰਡੀਕਾ ਵੀਰੇ 2009 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਗੱਡੀ ਦੇ ਜੋ ਟਾਇਰ ਨੇ 60-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ, ਵਧੀਆ ਓਰਿਜਿਨਲ ਟਾਇਰ ਨੇ, ਅਲੋਏ ਵੀਲ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਅਲੋਏ ਵੀਲ ਲੱਗੇ ਨੇ ਵੀਰੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਕੋਈ ਮੇਜਰ ਐਕਸੀਡੈਂਟ ਵਗੈਰਾ ਨਹੀਂ, ਹਲਕੇ ਫੁਲਕੇ ਡੈਂਟਸ ਨੇ ਵੀਰੇ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ। ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ, ਸਰਵਿਸ ਵਗੈਰਾ ਹੋਈ ਵੀ ਹੈ, ਕੋਈ ਕਮੀ ਪੇਸ਼ੀ ਨਹੀਂ, ਵਧੀਆ ਟੌਪ ਕਲਾਸ ਦੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਕੰਪਲੀਟ ਨੇ। ਏਰੀਆ ਵੀਰੇ ਜੀਰਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ ਵੀਰੇ 75,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਹੁੰਡਾਈ i20 ਗੱਡੀ ਦਿਖਾ ਰਹੇ ਹਾਂ। ਹੁੰਡਾਈ i20 ਸਪੋਰਟਸ ਗੱਡੀ ਹੈ ਵੀਰੇ, ABS ਬ੍ਰੇਕਸ ਦੇ ਵਿੱਚ, 2013 ਮਾਡਲ ਗੱਡੀ ਹੈ, 70,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰਿਜਿਨਲ ਚੱਲੀ ਗੱਡੀ ਹੈ ਵੀਰੇ, ਸਰਵਿਸ ਵਗੈਰਾ ਸਭ ਡਨ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਸੀਲਡ ਇੰਜਨ ਗੇਅਰ ਹੈ ਵੀਰੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਗੱਡੀ ਦੇ ਉਹ ਟਾਇਰ ਨੇ 60-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ, ਵਧੀਆ ਓਰਿਜਿਨਲ ਟਾਇਰ ਨੇ, ਅਲੋਏ ਵੀਲ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਅਲੋਏ ਵੀਲ ਲੱਗੇ ਨੇ ਵੀਰੇ, ਬਾਕੀ ਬੰਪਰ ਟੂ ਬੰਪਰ ਸਾਰਾ ਓਰਿਜਿਨਲ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਗੱਡੀ ਦਾ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਲੈਦਰ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਦਿੱਲੀ ਨੰਬਰ ਗੱਡੀ ਹੈ ਵੀਰੇ, ਪੇਪਰ ਵਗੈਰਾ ਕੰਪਲੀਟ ਨੇ, NOC ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਏਰੀਆ ਵੀਰੇ ਹੰਡਾਇਆ ਏਰੀਆ ਵੀਰਾਂ ਦਾ, ਜ਼ਿਲ੍ਹਾ ਬਰਨਾਲਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 3,75,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ, ਅਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ, ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ, ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ।
ਉਮੀਦ ਕਰਦੇ ਵੀਰੇ ਜੁੜੇ ਰਹੋਗੇ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਹੁਣ ਆਪਣੇ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਿਸ਼ਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਮਿਸ਼ਨਰੀ ਸੈਂਡ ਕਰਦਾ ਹੈ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਜ਼ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖਿਆ ਕਰੋ ਅਤੇ ਸਹੀ ਜਾਣਕਾਰੀ ਦਿਆ ਕਰੋ ਵੀਰੇ। ਕਈ ਮੇਰੇ ਵੀਰ ਫੇਕ ਜਾਣਕਾਰੀ ਦੇ ਕੇ ਐਡ ਕਰਵਾਉਂਦੇ ਨੇ, ਜਿੱਦਾਂ ਕਿ ਐਕਸੀਡੈਂਟਲ ਗੱਡੀਆਂ ਨੂੰ ਓਰੀਜਨਲ ਦੱਸ ਕੇ ਜਾਂ ਕੋਈ ਪੇਂਟ ਵਗੈਰਾ ਹੋਇਆ ਗੱਡੀਆਂ ਨੂੰ ਉਹ ਨਹੀਂ ਦੱਸਦੇ ਵੀਰੇ, ਡੈਮੇਜ ਵਗੈਰਾ ਹੁੰਦੀ ਹੈ ਗੱਡੀ। ਤਾਂ ਇਸ ਕਰਕੇ ਵੀਰੇ ਜਦੋਂ ਕੋਈ ਵੀਰ ਖਰੀਦਣ ਲਈ ਉਹਨਾਂ ਕੋਲ ਵਿਜਿਟ ਕਰਦਾ ਹੈ ਤਾਂ ਉਹ ਦੱਸੀ ਹੋਈ ਜਾਣਕਾਰੀ ਦੇ ਉਲਟ ਵੀਰੇ ਉਹਦੀ ਜਾਣਕਾਰੀ ਨਿਕਲਦੀ ਹੈ, ਤਾਂ ਇਸ ਕਰਕੇ ਆਪਣੇ ਚੈਨਲ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸੋ ਇਹਨਾਂ ਚੀਜ਼ਾਂ ਤੋਂ ਬਚੋ ਵੀਰੇ, ਬਿਨਾਂ ਕਿਸੇ ਕਮਿਸ਼ਨ ਤੋਂ ਤੁਹਾਡੀਆਂ ਚੀਜ਼ਾਂ ਸੇਲ ਹੋ ਰਹੀਆਂ ਨੇ, ਹੱਥੋਂ ਹੱਥੀ ਘਰੋਂ ਸੇਲ ਹੋ ਰਹੀਆਂ ਨੇ। ਇਸ ਕਰਕੇ ਵੀਰੇ ਸਹੀ ਜਾਣਕਾਰੀ ਦਿਓ, ਸਹੀ ਰੇਟ ਵਗੈਰਾ ਦੱਸੋ, ਹਲਕਾ ਫੁਲਕਾ ਨੈਗੋਸ਼ੀਏਟੇਬਲ ਜ਼ਰੂਰ ਰੱਖ ਲਓ ਵੀਰੇ, ਬਟ ਇੱਦਾਂ ਨਹੀਂ ਵੀਰੇ ਬਹੁਤ ਜ਼ਿਆਦਾ ਰੇਟ ਮੰਗ ਲੈਂਦੇ ਨੇ ਵੀਰ, ਇਸ ਕਰਕੇ ਚੀਜ਼ਾਂ ਸੇਲ ਨਹੀਂ ਹੋ ਪਾਉਂਦੀਆਂ ਅਤੇ ਆਪਣੇ ਚੈਨਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਮੀਦ ਕਰਦੇ ਅੱਗੇ ਤੋਂ ਸਪੋਰਟ ਕਰੋਗੇ, ਸਾਥ ਦਿਓਗੇ, ਸਹੀ ਰੇਟ ਰੱਖੋਗੇ ਅਤੇ ਵਧੀਆ ਆਪਣੇ ਚੈਨਲ ਨਾਲ ਜੁੜੇ ਰਹੋਗੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ, ਤਾਂ ਜੋ ਅੱਗੇ ਆਪਣੇ ਕਿਸਾਨ ਵੀਰਾਂ ਕੋਲ ਪਹੁੰਚਦੀ ਰਹੇ ਅਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕੇ। ਸੋ ਥੈਂਕ ਯੂ ਵੀਰੇ, ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ।